हाँ जी आपां कल जिहड़े डोसे बनाउण दी तैयारी कर रहे हैं ते उहदे विच आपां भिओ के रखे आ चौल देख लो च हैगे आ हरहर दी दाल हैगी आ दाल हैगी आ मेथे हैगे आ कुछ इस टुगेदर भिओए आ ते क्वांटिटी क्वांटिटी जिहड़ी मैं डिस्क्रिप्शन बॉक्स 'च लिख दांगा किन्नी किन्नी हैगी आ तैनु असीं ओवरनाइट भिओ के सवेरे पीसांगे थोड़े सॉफ्ट हो जाएगी जो दाल चौल सारे कट्ठे तुसी अलग अलग भी भिओ सकते हो पर मैं कट्ठे ही भिओया है सारा कुछ ते हुण आपां इहनूं पूरी रात सोक करांगे ते सवेरे पीसांगे इहनूं हाँ जी आपां कुकर 'च एक पासे सांभर रख दिता आ ते आपां इत्थे जिहड़ा डोसिआं दा मसाला उह पीस लिआ ऑलमोस्ट ते थोड़ी देर रैस्ट करन रखांगे घंटा डेढ़ घंटा उहदे बाद आपां डोसे बनावांगे जद तक आपणा सांभर वी बन जाएगा आपणीआं मिक्स वैजी ते तूर दाल दे नाल पाईए इह 'च ਇਹ ਆਪਾਂ ਇਹ 'ਚ ਇੱਕ ਚਮਚੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਲੂਣ ਪਾਇਆ ਉਹ ਥੋੜ੍ਹੀ ਜਿਹੀ ਹਿੰਗ ਪਾਵਾਂਗੇ ਇਹ ਦੋ ਪਿੰਚ ਕਹਿ ਲਓ ਪਾਈਏ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ ਫਲੇਵਰ ਬੜਾ ਵਧੀਆ ਆਉਂਦਾ ਚੰਗੀ ਤਰ੍ਹਾਂ ਮਿਲਾ ਦਿੰਦੇ ਹਾਂ ਇਹਨੂੰ ਹੁਣ ਅਸੀਂ ਘੰਟਾ ਡੇਢ ਘੰਟਾ ਰੱਖ ਦਾਂਗੇ ਥੋੜ੍ਹਾ ਫੋਰਮੈਟ ਹੋਣ ਲਈ ਉਹਦੇ ਬਾਅਦ ਆਪਾਂ ਲੰਚ ਬਣਾਵਾਂਗੇ ਆਪਣਾ ਹਾਂਜੀ ਆਪਣਾ ਸਾਂਬਰ ਬਣ ਕੇ ਰੈਡੀ ਹੈ ਹੁਣ ਆਪਾਂ ਬਣਾਵਾਂਗੇ ਡੋਸੇ ਓਪਸ ਇਹ ਆਪਣਾ ਜਿਹੜਾ ਰਾਈਸ ਦਾ ਦਾਲ ਦਾ ਮਿਕਸਰ ਜਿਹੜਾ ਬਣਾਇਆ ਸੀਗਾ ਪੀਸਿਆ ਸੀ ਆਪਾਂ ਫੋਰਮੇਟਡ ਹੋ ਗਿਆ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਇਹ ਦੇਖੋ ਬਬਲਸ ਆ ਰਹੇ ਜ਼ਿਆਦਾ ਜ਼ਿਆਦਾ ਪਤਲਾ ਵੀ ਨਹੀਂ ਰੱਖਣਾ ਨਾ ਜ਼ਿਆਦਾ ਗਾੜਾ ਰੱਖਣਾ ਆ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਕ ਵਾਰੀ ਫਿਰ ਆਪਾਂ ਬਣਾਵਾਂਗੇ ਮੈਂ ਬੇਸਿਕਲੀ ਪਲੇਨ ਡੋਸੇ ਬਣਾ ਰਿਹਾ ਪਰ ਇੱਕ ਅੱਧਾ ਆਪਾਂ ਬਣਾਵਾਂਗੇ ਥੋੜ੍ਹਾ ਜਿਹਾ ਡਿਫਰੈਂਟ ਕਰਕੇ ਉਹ 'ਚ ਮੈਂ ਲਸਣ ਪਿਆਜ਼ ਅਤੇ ਹਰੀ ਮਿਰਚਾਂ ਪਾ ਰਿਹਾ ਸਮਥਿੰਗ ਡਿਫਰੈਂਟ ਤੁਸੀਂ ਆਲੂ ਪਨੀਰ ਕੁਛ ਵੀ ਭਰ ਕੇ ਬਣਾ ਸਕਦੇ ਹੋ ਕਿਉਂਕਿ ਆਪਾਂ ਘਰ ਬਣਾ ਰਹੇ ਹਾਂ ਅਤੇ ਆਲੂ ਨਾਲ ਢਿੱਡ ਭਰਨ ਦੀ ਕੀ ਲੋੜ ਹੈ ਆਪਾਂ ਪਲੇਨ ਡੋਸੇ ਬਣਾਵਾਂਗੇ ਵਿਦ ਸਮਥਿੰਗ ਡਿਫਰੈਂਟ
ਆਪਾਂ ਬਣਾ ਰਹੇ ਹਾਂ ਪਲੇਨ ਹਲਕੇ ਆਦਰਾਂ ਨੂੰ ਸਲਾ ਦਾਂਗੇ ਇਹਦੇ ਤੇ ਪਾਵਾਂਗੇ ਥੋੜਾ ਜਿਹਾ ਤਾਂ ਡਰਾਈ ਜਿਹਾ ਹੋ ਜਾਏਗਾ ਫਿਰ ਆਪਾਂ ਇਹਦੇ ਉੱਤੇ ਪਾਵਾਂਗੇ ਤੁਸੀਂ ਘਿਓ ਤੇਲ ਜੋ ਵੀ ਪਸੰਦ ਕਰਦੇ ਹੋ ਆਪਾਂ ਥੋੜ੍ਹਾ ਜਿਹਾ ਤੇਲ ਪਾਤਾ ਇੱਥੇ ਅਤੇ ਥੋੜ੍ਹਾ ਜਿਹਾ ਦੇਸੀ ਤੜਕਾ ਵਿਦ ਦੇਸੀ ਘਿਓ ਇਹ ਬਣਾ ਰਿਹਾ ਮੈਂ ਪਲੇਨ ਵਾਲਾ ਬਾਅਦ 'ਚ ਆਪਾਂ ਬਣਾਵਾਂਗੇ ਆਪਣਾ ਜਿਹੜਾ ਮਿਰਚ ਗਾਰਲਿਕ ਥੋੜ੍ਹੀ ਦੇਰ ਹੋਰ ਸਿੱਕਾਂਗੇ ਫਿਰ ਆਪਾਂ ਨੂੰ ਪਲਟ ਦਾਂਗੇ ਆਪਣਾ ਕ੍ਰਿਸਪੀ ਜਿਹਾ ਬਣ ਗਿਆ ਦੇਖਿਓ ਫਸਟ ਕਲਾਸ ਕਲਰ ਆ ਗਿਆ ਕ੍ਰਿਸਪੀ ਹੋ ਗਿਆ ਦੂਸਰੀ ਸਾਈਡ ਤੋਂ ਵੀ ਵਧੀਆ ਹੋ ਗਿਆ ਹੁਣ ਆਪਾਂ ਬਣਾਵਾਂਗੇ ਆਪਣਾ ਇਹਨੂੰ ਕੱਢ ਦਿੰਦੇ ਹਾਂ ਆਪਾਂ ਹਾਂਜੀ ਤੁਸੀਂ ਲੈਣਾ ਕਿਸੇ ਨੂੰ ਜਾਣਾ ਓਕੇ ਫਸਟ ਕਲਾਸ ਕ੍ਰਿਸਪੀ ਜਿਹਾ ਹੋ ਗਿਆ ਥੋੜ੍ਹਾ ਜਿਹਾ ਹੋਰ ਸਿੱਕਾਂਗੇ ਨੋਰਮਲੀ ਜਿਹੜੇ ਸ਼ਾਪ ਵਾਲੇ ਆ ਉਹ ਇੱਕ ਪਾਸਿਓ ਸੇਕਦੇ ਆ ਕਿਉਂਕਿ ਉਹਨਾਂ ਦਾ ਥੋੜ੍ਹਾ ਡਿਫਰੈਂਟ ਸਟਾਈਲ ਹੁੰਦਾ ਪਰ ਸਟਿਲ ਨਾਈਸ ਆਪਾਂ ਇਹਨਾਂ ਨੂੰ ਫੋਲਡ ਕਰਾਂਗੇ ਆਹਾ ਹਾ ਹਾ ਆਹਾ ਹਾ ਥੋੜ੍ਹਾ ਜਿਹਾ ਪਿਆਜ਼ ਲਾਉਣ ਨਾਲ ਇਹ ਪਿਆਜ਼ ਔਰ ਆਇਲ ਲਾਉਣ ਨਾਲ ਇਹ ਹੈ ਕਿ ਥੱਲੇ ਸਟਿੱਕ ਨਹੀਂ ਕਰਦਾ ਇਹ ਆਪਾਂ ਪਾਵਾਂਗੇ ਦੂਜਾ ਬੈਚ ਫਟਾਫਟ ਫੁਲਾ ਦਾਂਗੇ ਕਿਉਂਕਿ ਇੱਥੇ ਮੈਂ ਓਨੀਅਨਸ ਪਾਉਣੇ ਆ ਮਿਰਚਾਂ ਅਤੇ ਗਾਰਲਿਕ ਇਹਨੂੰ ਥੋੜ੍ਹਾ ਜਿਹਾ ਮੋਟਾ ਰੱਖਾਂਗੇ ਬਹੁਤ ਜ਼ਿਆਦਾ ਪਤਲਾ ਨਹੀਂ ਰੱਖਾਂਗੇ ਜਿਹੜਾ ਇਹਦੇ ਵਿੱਚ ਪਿਆਜ਼ ਆਪਣਾ ਗਾਰਲਿਕ ਔਰ ਆਪਾਂ ਮਿਰਚਾਂ ਰੱਖੀਆਂ ਸੀਗੀਆਂ ਥੋੜ੍ਹਾ ਜਿਹਾ ਤੇਲ ਥੋੜ੍ਹਾ ਜਿਹਾ ਮੈਨੂੰ ਪ੍ਰੈਸ ਕਰ ਦਿੰਦਾ ਥੋੜ੍ਹਾ ਜਿਹੜਾ ਪਿਆਜ਼ ਔਰ ਸਾਡੇ ਮਿਰਚਾਂ ਉਹ ਵਿੱਚ ਚਲੇ ਜਾ ਥੋੜ੍ਹਾ ਜਿਹਾ ਹੋਰ ਸਿੱਕ ਜਾਏ ਫਿਰ ਆਪਾਂ ਇਹਨਾਂ ਨੂੰ ਚੇਂਜ ਕਰਾਂਗੇ ਵੈਰੀ ਨਾਈਸ ਇਹ ਥੋੜ੍ਹਾ ਜਿਹਾ ਇੱਥੋਂ ਕੱਚਾ ਹੈ ਜਦੋਂ ਇਹ ਵੀ ਹੋ ਜਾਏਗਾ ਥੋੜ੍ਹਾ ਜਿਹਾ ਜਦੋਂ ਇਹ ਦੇਖ ਰਹੇ ਹੋ ਡਰਾਈ ਹੋਇਆ ਹੈ ਫਿਰ ਆਪਾਂ ਨੂੰ ਪਲਟ ਦਿੰਦੇ ਹਾਂ ਥੋੜ੍ਹਾ ਜਿਹਾ ਤੇਲ ਹੋਰ ਲਗਾ ਲਿਆ ਮੈਂ ਇੱਥੇ ਵਾਹ ਵਾਹ ਦੇਖਿਆ ਕਿਆ ਵਧੀਆ ਕਲਰ ਆਇਆ ਨਾਈਸ ਬਿਊਟੀਫੁਲ ਅਤੇ ਆਲ ਦ ਡੈਡੀਜ਼ ਲਈ
ਨੈਕਸਟ ਪ੍ਰੋਜੈਕਟ ਬਣਾਓ ਡੋਸੇ ਕਿੰਨਾ ਵਧੀਆ ਸਿੱਖ ਗਿਆ ਨਾਲੇ ਪਿਆਜ਼ ਵੀ ਥੋੜ੍ਹਾ ਜਿਹਾ ਰੋਸਟ ਹੋ ਗਿਆ ਥੋੜ੍ਹਾ ਜਿਹਾ ਹੋਰ ਸੇਕਾਂਗੇ ਅਤੇ ਬਣ ਗਿਆ ਆਪਣਾ ਓਨੀਅਨ ਚਿਲੀ ਗਾਰਲਿਕ ਪੀਜ਼ਾ ਓ ਸੋਰੀ ਇਹ ਤਾਂ ਪੀਜ਼ਾ ਨਹੀਂ ਇਹ ਤਾਂ ਡੋਸਾ ਹੈ ਕਿੱਥੇ ਚਲੇ ਜਾਂਦੇ ਹੋ ਭਾਅ ਜੀ ਇੰਡੀਅਨ ਸਾਊਥ ਇੰਡੀਆ ਤੋਂ ਇਟਲੀ ਪਹੁੰਚ ਗਏ ਨਿਆਣੇ ਵੀ ਹੱਸਦੇ ਆ ਪਾਪਾ ਕੀ ਕਿਹਾ ਜੇ ਕਰਦੇ ਹੋ ਇਹ ਬਣ ਗਿਆ ਆਪਣਾ ਓਨੀਅਨ ਗਾਰਲਿਕ ਚਿਲੀ ਡੋਸਾ ਹੁਣ ਛਕਾਂਗੇ ਅਤੇ ਆਨੰਦ ਮਾਣਾਂਗੇ ਪੱਪਾਂ ਦੀ ਹੈ ਹੁਣ ਆਪਾਂ ਯੂਜ ਕਰ ਰਹੇ ਨਾਲ ਚਟਨੀ ਹੈਗੀ ਹੈ ਕੋਕੋਨਟ ਔਰ ਆਪਣੀ ਚਨਾ ਦਾਲ ਭੁੰਨੀ ਹੋਈ ਵਿਦ ਓਨੀਅਨ ਅਤੇ ਉਹਨੂੰ ਤੜਕਾ ਲਾਇਆ ਆਪਾਂ ਰਾਈ ਦਾ ਅਤੇ ਕਰੀ ਪੱਤੇ ਦਾ ਠੀਕ ਹੈ ਜੀ ਸਾਂਬਰ ਸਾਡਾ ਰੇਡੀ ਹੈ ਹੁਣ ਆਪਾਂ ਛਕਦੇ ਹਾਂ ਹਾਂਜੀ ਆਲ ਦਾ ਡੈਡੀਸ ਨੈਕਸਟ ਪ੍ਰੋਜੈਕਟ ਸਾਂਬਰ ਡੋਸਾ ਠੀਕ ਹੈ ਜੀ ਓਨੀਅਨ ਸਾਂਬਰ ਡੋਸਾ ਬਣਾਓ ਖਾਓ ਔਰ ਆਨੰਦ ਮਾਣੋ ਲੋਕਡਾਊਨ ਦਾ